بسم اللہ الرحمن الرحیم السلام علیکم دوستو میں ਤੁਹਾਡਾ دوست وحید ਸਰਗਾਣਾ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ Tractors World ਜੀ دوستو ਰੋਜ਼ਾਨੇ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਲੈ ਕੇ حاضر ਹੋਏ ਹਾਂ ਜਿਸ ਤੇ ਵਿੱਚ ਤੁਹਾਨੂੰ ਟਰੈਕਟਰ ਵੀ ਖਾਵਾਂਗੇ Massey 240 ਮਾਡਲ 2018 ਇਸ ਦੀ ਮੁਕੰਮਲ تفصیل ਦੋਸਤਾਂ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੇ ਦਿੱਤੇ ਗੇ ਬੈਲ ਦੇ ਨਿਸ਼ਾਨ ਨੂੰ ਆਲਟ ਪ੍ਰੈਸ ਕਰ ਲਓ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਮੁਕੰਮਲ ਵੇਖਣਾ ਹੈ ਤਾਂ ਕਿ ਜੋ ਵੀ تفصیل ਹੈ ਟਰੈਕਟਰ ਦੀ ਉਹ ਤੁਹਾਨੂੰ ਮਿਲ ਸਕੇ ਤੇ ਜਿਸ دوست ਨੇ ਆਪਣਾ ਟਰੈਕਟਰ ਸੇਲ ਕਰਨਾ ਹੋਵੇ ਟਰੈਕਟਰ ਦੇ ਮੁਤਲਕ ਕੋਈ ਉਜ਼ਾਰ ਸੇਲ ਕਰਨਾ ਹੋਵੇ ਸਾਨੂੰ ਵੀਡੀਓ ਜਾਂ ਫੋਟੋ WhatsApp ਕਰ ਸਕਦਾ ਸਾਡਾ ਨੰਬਰ ਡਿਸਕ੍ਰਿਪਸ਼ਨ ਵਿੱਚ ਮੌਜੂਦ ਹੈ ਤੇ ਜਿਹੜਾ ਅਸੀਂ ਵੀਡੀਓ ਦੇ ਵਿੱਚ ਲਾਨੇ ਹਾਂ ਮਾਲਕ ਦਾ ਨੰਬਰ ਹੁੰਦਾ ਉਸ ਤੇ ਤੁਸੀਂ ਰਾਬਤਾ ਕਰਕੇ ਗੱਡੀ ਖਰੀਦ ਸਕਦੇ ਹੋ ਤੇ ਲਾਈਕ ਤੇ ਕਮੈਂਟ ਲਾਜ਼ਮੀ ਕਰਨਾ ਹੈ ਸਨਾਲ ਸਾਡੀ ਹੌਸਲਾ ਫਜ਼ਾਈ ਹੋ ਜਾਂਦੀ ਤੁਹਾਡੇ ਪੈਸੇ ਨਹੀਂ ਲੱਗਦੇ ਤੇ ਨਵੇਂ ਮਾਡਲ ਦੋਸਤਾਂ ਨੂੰ ਚਾਹੀਦਾ ਕਿ ਉਹ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਆਪਣੀ ਪਸੰਦ ਦੀ ਗੱਡੀ ਸਾਡੇ ਚੈਨਲ ਤੋਂ ਮਿਲ ਸਕੇ ਤੇ ਆਓ ਦੋਸਤੋ ਤੁਹਾਨੂੰ ਗੱਡੀ ਦੀ ਮੁਕੰਮਲ ਤਫਸੀਲ ਦਿੰਨੇ ਆ ਜੀ ਦੋਸਤੋ ਮੁਕੰਮਲ ਰਿਵਿਊ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਗੱਡੀ ਦਾ ਮਾਸ਼ਾਅੱਲਾ ਬਿਲਕੁਲ ਫਿਟ ਕੰਡੀਸ਼ਨ ਹੈ ਸ਼ੋ तकरीबन 15 ਨੇ 15.5 ਨੇ ਸ਼ੋ ਪਈ ਹੈ ਰੰਗ ਵੀ ਚੇ ਸਿੱਧਾ ਤੁਹਾਡੇ ਸਾਹਮਣੇ ਆ ਬਹੁਤ ਸੋਹਣੇ ਰੰਗੇ ਚ ਬੜਾ ਯਾਨੀ ਕਿ ਜੈਨੂਨ ਤੇ オリジナル ਕਲਰ ਲਸ਼ ਕੰਡੀਸ਼ਨ ਹੈ ਪਿਆ ਕੋਈ ਮੈਚ ਨਹੀਂ ਕੀਤਾ ਗਿਆ ਕੋਈ ਕਿਧਰੋਂ ਵੀ ਯਾਨੀ ਕਿ ਮੈਚ ਕਰਨ ਦੀ ਕੋਸ਼ਿਸ਼ ਨੇ ਕੀਤੀ ਸ਼ਾਵਰ ਨੇ ਕੀਤੀ ਬਿਲਕੁਲ ਫਿਟ ਕੰਡੀਸ਼ਨ ਹੈ ਜਗੜੀ ਵੇਖ ਸਕਦੇ ਹੋ ਰੰਗ ਦੂਸਰੀ ਸਾਈਡ ਤੋਂ ਸ਼ੋਅ ਦਾ ਵਿੱਚ ਐਸੀ ਦਾ ਬਾਕੀ ਸ਼ੋਅ ਤੋਂ ਚੈੱਕ ਕਰਾ ਰਹੇ ਮਾਸ਼ਾਅੱਲ ਬਿਲਕੁਲ ਯਾਨੀ ਕਿ ਨਾ ਲਸ਼ ਕੰਡੀਸ਼ਨ ਹੈ ਤੇ 15 ਨੇ ਸ਼ੋਅ ਹੈ ਤਕਰੀਬਨ ਬਣਦੀ ਤੇ ਪੰਪ ਜਿਹੜਾ ਗੱਡੀ ਨੂੰ ਇਹ ਲੱਗਿਆ ਹੈ ਜੈਨੂਨ ਪੰਪ ਜਿਹੜੇ ਯਾਨੀ ਕਿ ਸ਼ੁਰੂ ਤੋਂ ਆਏ ਨੇ ਟਰੈਕਟਰ ਨਾਲ ਹੋਈ ਹੈ ਦੂਜਾ ਕੰਪਰ ਨਹੀਂ ਲੱਗਿਆ 6ਸੀ ਦਾ ਕਲਰ ਚੈੱਕ ਕਰੋ ਮਾਸ਼ਾਅੱਲਾ ਬਿਲਕੁਲ ਫਿਟ ਕੰਡੀਸ਼ਨ ਵਿੱਚ ਕੋਈ ਕਿਸੇ ਕਿਸਮ ਦਾ ਮਸਲਾ ਨਹੀਂ 6ਸੀ ਟਾਇਰ ਵੀ ਚੈੱਕ ਕਰ ਸਕਦੇ ਹੋ ਬਾਕੀ ਦੂਸਰੀ ਸਾਈਡ ਤੋਂ 6ਸੀ ਦਾ ਕਲਰ ਤੁਹਾਨੂੰ ਚੈੱਕ ਕਰਾ ਰਹੇ ਬਿਲਕੁਲ ਲਸ਼ ਕੰਡੀਸ਼ਨ ਹੈ ਆਪਣੇ オリジナル ਕਲਰ ਹੈ ਪਿਆ ਕੋਈ ਮੈਚ ਨਹੀਂ ਕੋਈ ਸ਼ਾਵਾਂ ਨਹੀਂ ਕੀਤਾ ਗਿਆ ਰੰਗ ਤੇ ਟਾਇਰ ਵੀ ਤੁਹਾਨੂੰ ਦੋਸਤਾਂ ਚੈੱਕ ਕਰਾਣੇ ਟਾਇਰ ਤੁਹਾਡੇ ਸਾਹਮਣੇ ਨੇ ਟਾਇਰ 0 ਮੀਟਰ ਨੇ ਤਕਰੀਬਨ ਕੁ ਥੋੜੇ ਬਹੁਤ ਚੱਲੇ ਨੇ ਬਾਕੀ ਟਾਇਰ 0 ਮੀਟਰ ਨੇ ਤੇ ਤੁਹਾਡੇ ਸਾਹਮਣੇ ਸਾਰਾ ਰਿਵਿਊ ਗੱਡੀ ਦਾ ਬਾਕੀ ਮੁਕੰਮਲ ਜਿਹੜੀ ਹੈ ਰਹਿਮ ਦੀ ਵੀ ਤਫਸੀਲ ਤੁਹਾਨੂੰ ਵੀਡੀਓ ਦੇ ਵਿੱਚ ਵਿਖਿਆਣਾ ਰਹਿਮ ਤੁਹਾਡੇ ਸਾਹਮਣੇ ਨੇ ਮਾਡਲ ਹੈ ਜੀ 2018 ਇਸ ਦੇ ਸਾਹਮਣੇ ਨਾਲ ਕਲਰ ਬੜਾ ਸੋਹਣਾ ਪਿਆ ਮਾਡਲ ਦੇ ਸਾਹਮਣੇ ਨਾਲ ਬਿਲਕੁਲ ਕੰਮ ਚੱਲੀ ਹੈ ਗੱਡੀ ਤਸਵੀਰ ਇਹ ਤੁਸੀਂ ਮੁਕੰਮਲ ਰਿਵਿਊ ਗੱਡੀ ਦਾ ਵੇਖ ਰਹੇ ਹੋ ਟਾਇਰ ਅਗਲੇ ਵੀ ਚੈੱਕ ਕਰ ਲਓ ਰਹਿਮ ਅਗਲਾ ਚੈੱਕ ਕਰ ਲਓ ਡਰਾਈਵਰ ਸੀਟ ਵਗੈਰਾ ਸਾਰੀ ਗੱਡੀ ਤੇ ਯਾਨੀ ਕਿ ਨਾ ਤੁਹਾਡੀ ਨਜ਼ਰ ਦੋਸਤਾਂ ਦੀ ਪੈ ਰਹੀ ਹੈ ਬਾਕੀ ਬੈਕ ਸਾਈਡ ਤੋਂ ਚੈੱਕ ਕਰਾਂ ਲੈਂਕਾ ਬਿਲਕੁਲ ਫਿੱਟ ਆ ਰਿਹਾ ਹੈ ਵਿੱਚ ਹੰਡ ਵਿੱਚ ਕੋਈ ਮਸਲਾ ਨਹੀਂ ਜੈਨੂਨ ਕੰਡੀਸ਼ਨ ਬਿਲਕੁਲ オリジナル ਤੇ ਸੋਹਣੀ ਗੱਡੀ ਪਈ ਹੈ ਬੈਕਲੌਕ ਸਾਰੀ ਤੋਂ ਚੈੱਕ ਕਰ ਰਹੇ ਹਾਂ ਬਾਕੀ ਇਸ ਦੀ ਅੰਦਰ ਦੀ ਕੰਡੀਸ਼ਨ ਵੀ ਦੋਸਤਾਂ ਨਾਲ ਸ਼ੇਅਰ ਕਰਨੇ ਆ ਇਸ ਤੋਂ ਪਹਿਲੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਤੇ ਕਾਫੀ ਸੋਹਣੀਆਂ ਗੱਡੀਆਂ ਲੈ ਕੇ ਦੋਸਤਾਂ ਵਾਸਤੇ ਹਾਜ਼ਰ ਹੋਣੇ ਆ ਆਪਣੀ ਤੁਹਾਡੀ ਪਸੰਦੀਆਂ ਗੱਡੀਆਂ ਤੇ ਮناسب ਕੀਮਤ ਤੇ ਮਾਲਕ ਜੋ ਡਿਮਾਂਡ ਲਵਾਉਂਦੇ ਨੇ ਉਹ ਵੀ ਅਸੀਂ ਲਾਣੇ ਆਂ ਹੋਰ ਅਸੀਂ ਆਪਣੇ ਕੋਲ ਡਿਮਾਂਡ ਕੋਈ ਨਹੀਂ ਲਾਉਂਦੇ ਤੇ ਆਓ ਦੋਸਤੋ ਤੁਹਾਨੂੰ ਇਸ ਦੀ ਅੰਦਰ ਦੀ ਕੰਡੀਸ਼ਨ ਦੱਸਦੇ ਆਂ ਅੰਜਨ ਗੱਡੀ ਦਾ ਫੌਲਟ ਹੈ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਪੰਪ ਨੋਜ਼ਲ ਅੰਜਨ ਬਿਲਕੁਲ ਫੈਟ ਮੋਬਾਈਲ ਨ ਤੇ ਬਾਕੀ ਜਿਹੜਾ ਇਸ ਦਾ ਹੈ ਓਪਨ ਪੇਪਰ ਨੇ ਕਾਪੀ ਕਾਗਜ਼ ਨਹੀਂ ਬਣਿਆ ਉਹ ਪਨਕੈਸ਼ ਦੇ ਪੇਪਰ ਨੇ ਨੰਬਰ ਨਹੀਂ ਲੱਗਿਆ ਇਸ ਨੂੰ ਕੰਡੀਸ਼ਨ ਜਿਹੜੀ ਹੈ ਟੋਟਲ ਉਹ 15 ਨੇ तकरीबन ਸਾਰੀ ਗੱਡੀ ਦੀ 1500 150 ਨੇ ਕੰਡੀਸ਼ਨ ਬਣਦੀ ਹੈ ਲੋਕੇਸ਼ਨ ਜਿਹੜੀ ਹੈ ਉਹ ਤਹਿਸੀਲ ਸਾਈਵਾਲ ਜ਼ਿਲ੍ਹਾ ਸਰਗੋਦਾ ਲੋਕੇਸ਼ਨ ਇਸ ਦੀ ਤੇ ਬਾਕੀ ਡਿਮਾਂਡ ਜਿਹੜੀ ਮਾਲਕ ਕਰ ਰਿਹਾ 15 ਲੱਖ 80 ਹਜ਼ਾਰ ਰੁਪਏ ਮੌਕੇ ਤੇ ਕਮੀ ਬੇਸ਼ੀ ਹੋ ਸਕਦੀ ਜਿਸ ਤੋਂ ਤੁਹਾਨੂੰ ਚਾਹੀਦਾ ਹੋਵੇ ਨੰਬਰ ਵੀਡੀਓ ਦੇ ਵਿੱਚ ਮੌਜੂਦ ਹੈ ਇਸ ਤੋਂ ਤੁਸੀਂ ਰਾਬਤਾ ਕਰਕੇ ਗੱਡੀ ਖਰੀਦ ਸਕਦੇ ਹੋ ਉਮੀਦ ਕਰਦਾ ਹਾਂ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਧਿਆਨ ਆਲੀ ਵੀਡੀਓ ਤੱਕ ਆਪਣੇ ਦੋਸਤ ਵੈਦ ਸਰਗਣ ਨੂੰ ਤੇ ਹੋਈ ਜਾਦਾ ਦੁਆਵਾਂ ਵਿੱਚ ਯਾਦ ਰੱਖਣਾ ਅੱਲਾਹ ਪਾਕ ਤੁਹਾਨੂੰ ਆਪਣੀ ਹਫਜ਼ੁਮਾਨੇ ਰੱਖੇ ਸ਼ੁਕਰੀਆ ਦੋਸਤੋ ਅੱਲਾਹ ਹਾਫਿਜ਼ ਤੇ ਮੇਰੀ ਤਰਫੋਂ ਸਾਰਿਆਂ ਦੋਸਤਾਂ ਨੂੰ ਐਡਵਾਂਸ ਈਦ ਮੁਬਾਰਕ